ਤੁਹਾਡੇ ਅੱਗੇ ਕਬੀਰ ਸਾਹਿਬ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ, ਗੌਰ ਨਾਲ ਸੁਣ ਵਾਲਾ ਹੈ। ਸਭ ਸੰਤਾਂ ਮਹਾਤਮਾ ਨੇ, ਰਿਖੀਆਂ ਮੁਨੀਆਂ ਨੇ ਗੁਰੂ ਗੁਰੂ ਕੀਤਾ ਹੈ। ਸਵਾਮੀ ਜੀ ਮਹਾਰਾਜ ਨੇ ਵੀ ਕਿਹਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਸੰਤਾਂ ਮਹਾਤਮਾ ਨੇ, ਮਾਲਕ ਦੇ ਪਿਆਰਿਆਂ ਨੇ ਇਹ ਸੁਣੀਆਂ ਸੁਣਾਈਆਂ ਬਾਤਾਂ ਨਹੀਂ ਕਹੀਆਂ, ਉਹਨਾਂ ਨੇ ਜੋ ਤਜਰਬਾ ਜ਼ਿੰਦਗੀ ਵਿੱਚ ਕੀਤਾ ਉਹ ਬਿਆਨ ਕੀਤਾ। ਉਹ ਸਹੀ ਹੈ, ਸੱਚ ਹੈ। ਉਸ ਵਕਤ ਵੀ ਉਹਨਾਂ ਹੀ ਸੱਚ ਸੀ, ਅੱਜ ਵੀ ਉਤਨਾ, ਅਗਾਹਾਂ ਨੂੰ ਵੀ ਇਸ ਨੇ ਉਤਨਾ ਹੀ ਸੱਚ ਰਹਿਣਾ ਹੈ। ਉਹ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਅਗਰ ਕੋਈ ਸੱਚੇ ਤੋਂ ਸੱਚਾ ਮਿੱਤਰ ਹੈ, ਦੋਸਤ ਹੈ, ਸਾਡਾ ਸਾਥ ਨਿਭਾਉਣ ਵਾਲਾ ਹੈ, ਉਹ ਸਿਰਫ ਸਾਡਾ ਗੁਰੂ ਹੈ, ਜਿਨ੍ਹਾਂ ਨੇ ਸਾਨੂੰ ਨਾਮ ਦਾ ਭੇਦ ਦਿੱਤਾ ਹੈ, ਸ਼ਬਦ ਦਾ ਭੇਦ ਦਿੱਤਾ ਹੈ। ਨਾਮ ਉਹ ਦੌਲਤ ਹੈ ਜਿਹੜੀ ਇਹਨੂੰ ਚੋਰ ਚਰਾ ਨਹੀਂ ਸਕਦਾ, ਅਗਨੀ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ। ਜੋ ਇੱਥੇ ਵੀ ਸਾਡੀ ਰੱਖਿਆ ਕਰਦਾ, ਅੱਗੇ ਵੀ ਕਰਦਾ। ਗੁਰੂ ਨਾਨਕ ਨੇ ਕਿਹਾ, ਇੱਥੇ ਉੱਥੇ ਸਦਾ ਸੁਹਾਈ। ਸੰਤਾਂ ਮਹਾਤਮਾ ਨੇ ਉਹ ਸਚਿਆਈ ਬਤਾਉਣ ਦੀ ਖਾਤਰ ਹੀ ਉਸ ਪਰਮਾਤਮਾ ਨੇ ਖੁਦ ਹੀ ਮਲ ਮੂਤ ਦਾ ਚੋਲਾ ਧਾਰ ਕੇ ਹਰ ਯੁੱਗ ਵਿੱਚ ਆਉਂਦਾ ਰਿਹਾ ਹੈ। ਉਹਨਾਂ ਦਾ ਰਸਤਾ ਨਾ ਬੰਦ ਹੋਇਆ ਨਾ ਹੋ ਸਕਦਾ ਹੈ, ਕਿਉਂਕਿ ਖੰਡ ਬ੍ਰਹਿਮੰਡ ਬ੍ਰਹਮ ਪਾਰ ਬ੍ਰਹਮ ਸਾਡੇ ਅੰਦਰ ਹਨ, ਲੇਕਿਨ ਇਹਨਾਂ ਦੇ ਅੰਦਰ ਹੁੰਦਿਆਂ ਹੋਇਆ ਅਨੇਕਾਂ ਵਾਰੀ ਅਸੀਂ ਉੱਚਿਆਂ ਜਾਮਿਆਂ 'ਚ ਜਨਮ ਲਿਆ, ਅਨੇਕਾਂ ਵਾਰੀ ਨੀਵੇਂ ਜਾਮਿਆਂ ਵਿੱਚ ਗਏ, ਔਰ ਸਾਨੂੰ ਮਰਨ ਜਨਮ ਦੇ ਦੁੱਖ ਸਦਾ ਚਿੰਬੜੇ ਰਹੇ। ਕਿਸੇ ਨੇ ਸਾਡਾ ਇਹ ਬੰਧਨ, ਇਹ ਰੱਸੀ ਨਾ ਕੱਟੀ। ਬੇਸ਼ੱਕ ਸਾਡੇ ਅੰਦਰ ਸਨ, ਧਰਤੀ ਅੰਦਰ ਹਰ ਜਗ੍ਹਾ ਪਾਣੀ ਹੈ, ਕਿਤੇ ਗਹਿਰਾ ਹੈ, ਕਿਤੇ ਉੱਪਰ ਹੈ, ਕਿਤੇ 100 ਫੁੱਟ ਹੈ, ਕਿਤੇ 200 ਫੁੱਟ ਹੈ, ਕਿਤੇ 50 ਫੁੱਟ ਹੈ, ਕਿਤੇ 10 ਫੁੱਟ ਹੈ, ਲੇਕਿਨ ਬੇਸ਼ੱਕ ਗਹਿਰਾ ਪਾਣੀ ਹੈ ਜਾਂ ਉੱਪਰ ਪਾਣੀ ਹੈ, ਥੋੜਾ ਗਹਿਰਾ ਹੈ, ਪਿਆਸ ਉਹਨਾਂ ਦੀ ਹੀ ਦੂਰ ਹੁੰਦੀ ਹੈ ਕਿ ਜਿਹੜਾ ਉੱਥੇ ਕੋਈ ਨਲਕਾ ਵਗੈਰਾ ਟੂਬਵੈਲ ਲਾ ਲੈਂਦਾ ਹੈ। ਤਾਂ ਸਾਨੂੰ ਇਹ ਵੀ ਪਤਾ ਹੈ ਕਿ ਟੂਬਵੈਲ ਲਗਾਉਣ ਵਾਸਤੇ ਸਾਨੂੰ ਆਮ ਕਿਸੇ ਨਾ ਕਿਸੇ ਮਿਸਤਰੀ ਦੀ, ਕਾਰੀਗਰ ਦੀ ਜ਼ਰੂਰਤ ਪੈਂਦੀ ਹੈ, ਉਹਦੀ ਸਹਾਇਤਾ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਜਦ ਅਸੀਂ ਅਸਥੂਲ ਜਾਮੇ ਵਿੱਚ ਆਉਂਦੇ ਹੈ, ਸਾਨੂੰ ਨਹੀਂ ਪਤਾ ਕਿ ਅਸੀਂ ਅੰਦਰ ਕਿਸ ਰਸਤੇ ਜਾਣਾ ਹੈ, ਅਸੀਂ ਕਿਸ ਤਰ੍ਹਾਂ ਬੈਠਣਾ ਹੈ, ਕਿਸ ਤਰ੍ਹਾਂ ਅੰਦਰ ਜਾ ਕੇ ਅਸੀਂ ਖੋਜ ਕਰਨੀ ਹੈ, ਕੌਣ ਸਾਨੂੰ ਇਸ ਭੂਲ ਭਨੇਆਂ ਦੇ ਵਿੱਚ ਸਮਝਾਏਗਾ। ਕਿਉਂਕਿ ਜਿਹੜੀ ਦੁਨੀਆ ਅਸੀਂ ਰੋਜ਼ ਦੇਖਦੇ ਹਾਂ, ਜਿਨ੍ਹਾਂ ਗਲੀਆਂ ਮੁਹੱਲਿਆਂ ਵਿੱਚ ਦੀ ਅਸੀਂ ਰੋਜ਼ ਲੰਘਦੇ ਹਾਂ, ਕਈ ਦਫ਼ਾ ਰਾਤ ਦੇ ਵਕਤ ਜਾਂ ਦਿਨੇ ਵੀ ਕੋਈ ਚੱਕੜ ਐਸੀ ਆਂਧੀ ਆ ਜਾਵੇ ਤੇ ਸਾਨੂੰ ਭੁੱਲਣ ਦਾ ਉੱਥੇ ਵੀ ਡਰ ਹੈ। ਤੋ ਜਿਸ ਰਸਤੇ ਤੇ ਅਸੀਂ ਕਦੇ ਲੰਘੇ ਹੀ ਨਾ ਹੋਈਏ, ਉਸ ਤੇ ਕਿਤਨਾ ਡਰ ਹੈ। ਤੋ ਅੰਦਰ ਤਾਂ ਇਸ ਤੇ ਵੀ ਜ਼ਿਆਦਾ ਖਤਰਿਆਂ ਦਾ ਭਰਿਆ ਹੋਇਆ। ਕਬੀਰ ਸਾਹਿਬ ਨੇ ਕਿਹਾ, ਅਗਰ ਕੋਈ ਬਗੈਰ ਕਿਸੇ ਮਹਾਤਮਾ ਦੀ ਮਦਦ ਤੋਂ, ਗੁਰੂ ਦੀ ਮਦਦ ਤੋਂ ਅੰਦਰ ਜਾਏਗਾ ਤਾਂ ਅੱਗੇ ਕੀ ਚੀਜ਼ਾਂ ਉਹਨੂੰ ਗੁੰਮਰਾਹ ਕਰਨਗੀਆਂ? ਉਹਨਾਂ ਨੇ ਕਿਹਾ, ਸਾਕਨੀ ਡਾਕਨੀ ਬਹੁ ਕਲਕਾਰੀ। ਉਹ ਸਾਰੀਆਂ ਹੀ ਵਿਰੋਧੀ ਤਾਕਤਾਂ ਜੋ ਕਾਲ ਨੇ ਇਹਦੇ ਰਸਤੇ ਦੇ ਅੰਦਰ ਬਿਠਾਈਆਂ ਹਨ, ਇਸ ਨੂੰ ਰੋਕਦੀਆਂ ਹਨ, ਲਾਲਚ ਵੀ ਦਿੰਦੀਆਂ ਹਨ, ਡਰਾਉਂਦੀਆਂ ਵੀ ਹਨ ਕਿ ਤੂੰ ਅੱਗੇ ਨਾ ਜਾ। ਜੀਵ ਜਾਂ ਤਾਂ ਡਰ ਕੇ ਹਟ ਜਾਏਗਾ ਜਾਂ ਲਾਲਚ ਵਿੱਚ ਫਸ ਜਾਏਗਾ। ਰਿੱਧੀਆਂ ਸਿੱਧੀਆਂ ਪੇਸ਼ ਜਦੋਂ ਹੁੰਦੀਆਂ ਹਨ, ਬਹੁਤ ਸਾਰੇ ਵਿਆਸੀ ਇਹਦਾ ਸ਼ਿਕਾਰ ਹੋ ਜਾਂਦੇ ਹੈ। ਲੇਕਿਨ
कबीर साहब कहते सत नाम सुन पागे सारे। तो सत नाम अगर जे साडे कोले ओ नाम है जेडे सदा ही सत है तो इहदे नेड़े ना कोई विरोधी ताकत आउंदी है। जेडे लोग भजन अभ्यास करदे है उहनां नूं अच्छी तरह ज्ञान है। तो सब तो पहला उस सत दे नाल जोड़न वास्ते ओ परमात्मा खुद दे तार के आउंदा है, क्योंकि स्थूल दुनिया दे विच सानू कोई स्थूल चोला ही समझा सकता है। ब्रह्म पार ब्रह्म परमात्मा अज ताई किसी नू कदे सीधा ज्ञान नहीं दे सकया, ना इहदा ओह कानून ही है। आप दे मिलन दा बेशक जो चाहे, क्योंकि ओह कुल मालिक सीगा, ओह तरीका अख्तियार कर सकदा सी, लेकिन उसने आ जगात तो यही रास्ता बनाया है कि बिन सतगुर चेत्या ना जाए। बिन सतगुर किने ना पाया, सब सुनियो लोक सवाया। तो जद असीं अस्थूल दुनिया दे विच हैं ते सतगुरु ओ परमात्मा अस्थूल चोले विच आउंदा है, साडी हर गल दा ओ प्यार नाल जवाब दिंदा है, समझाउंदा है, उस रस्ते ते पाउंदा है, सत्संग दे जरिए साडे शक शकूक ओ दूर करदा है। जद असीं सूक्ष्म शरीर विच जाने हैं, अस्थूल दा चोला लाउने हैं, ओ भी सूक्ष्म रूप विच अंदर प्रगट हुंदा है। जद असीं ब्रह्म विच जाने हैं, कारण देश विच जाने हैं, ओ कारण शरीर धारदा है। जद असीं पार ब्रह्म विच जाने हैं, ओ शब्द है। जद ये सारे ब्रह्मांड खंड असीं टप जाने हैं सच खंड दे विच, ओ सत पुरश दे सरूप विच, उस गुरु और परमात्मा दे विच सानू कोई भिन्न पेस नजर नहीं आउंदा गा। और ये संत सतगुरु ये नहीं कहिंदे कि तुसी मरिया बाद देखो, नहीं, वो कहिंदे देखो भी प्यारियो, कोई भी दुनिया दे विच आपां कम करिए, मकान बनाइए, खेती करिए, वणज करिए, हर एक चीज दे असूल हुंदे है। सब तो पहला उन्हां असूलां नूं धारण करना है। इसे तरह सानूं शब्द अभ्यास और गुरु नूं अंदर प्रगट करन वास्ते भी कुछ असूल हुंदे है। मैं आर्मी दीआं कई गल्लां घटनावां दसदा हुंदा है। जदों असीं मैं प्रीडिंग दा फर्स्ट क्लास दा नशहरे इम्तिहान देण लगे, उस वक्त साडा साहब कहण लग्या, अच्छा भाई सिपाही दी तुसी तारीफ लिखो, सिफत लिखो, ओदी खसूसियत लिखो। तो हर आदमी ने सिपाही दे मुतलक लिखिया, लेकिन जो मेरा लेख सीगा वो मैं तुहानू छोटा करके दसदा। मेरे अज भी याद है कि सिपाही कौन बन सकता है जिनू 100 पा लगे, वो है 100 पाही। सब तो पहला ओदा अपने अफसर दे विच भरोसा कि जो मेरा अफसर हुक्म दिंदा है ये सही है। तो अफसर जो है वह हुक्म दे के ये नहीं कि उसनू लड़ाई च या अमन वास्ते भेज के वह पिछे चुप करके बैठ जाएगा। उनू ओदा फिक्र है, अगर उसनू मदद की जरूरत है उसनू मदद पहुंचाएगा। अगर दुश्मन उसनू घेर लेंदा है वो हर कुर्बानी करके उसनू छड़ाएगा। तो सब तो पहला उस अफसर ते भरोसा है। फिर अगर भरोसा है उस अफसर की जिम्मेवारी उसनू वक्त दे उत्ते तनखा भी देण दा हुंदा है। कोई किसी की तनखा रखदा नहीं, टाइम ते दिंदा है। भरोसा आ गया, ओदी मजदूरी भी मिलती है। उस तो बाद वो इरादे दा पक्का कि जिथे मेरे साहब ने मैनू हुक्म दिता है बेशक कितनिया भी कठिनाइयां क्यों ना आउण, मैं वो करना ही है, उत्थे पहुंचना ही है। जे उसनू
भरोसा ही नहीं साहब ते, साहब ना प्यार ही नहीं, तो बजाय उधर तुरन दे अगर वो हजारा सवाल वो साहब ते करन लग जावे कि रस्ते च कोई कठिनाई तो नहीं, की तनखा देवेगा, तो ये असूल आर्मी का नहीं। इस तरह जब असि संत मत के उत्ते आने हैं, इस दे भी आने हैं बहुत सारे, इस दे भी असूल है। तो की है, सब तो पहला शौक बिरे कि मैं परमात्मा नूं मिलना चाहना है, तो महात्मा दे संगत दे अंदर जाना ये भी शौक है। फिर जो महात्मा कहिंदे है बगैर किसी हील उजर तो उसकी साधना करनी, उसकी कमाई करनी। जिस महात्मा ने सानू इस रस्ते ते पाया हुंदा है, ना तो बेफिक्री हुंदा है और ना हो अचिंती हुंदा है, उन्हें पूरी चिंता आपके शिष्य नूं हर खतरे तो बचा के अगे ले जाती है। फिर यह है कि प्यार, वड़े महाराज जी कहते होंगे सी अगर थोड़े अंदर प्यार नहीं, थोड़े अंदर एक मामूली जा भी अपाओ आ जाता है, बेशक तुसी आखिरी स्टेज ते पहुंचे हुए हो, फिर भी गिर जाओगे। बड़े बड़े गिर गए हैं। इतिहास गवाह है कि जिन्होंने किंतु किया वह हड्डियां का ढेर हो गए। तो यह सब तो पहला है, यह असूल ते पक्के होना कि की मैं अंदर परमात्मा नूं मिलना है। फिर इरादे का पक्का, महाराज सावण कहिंदे हुंदे सीगे कि तोप दे अगे खड़ जाना सौखा है, अभ्यास करना औखा है। मैं दसदा हुंना है कि जब दूसरी वर्ल्ड वार लगी है, मैं बॉयज कंपनी अंदर गया सीगा, तो उन्हां नूं लड़ाई च जाण दा हुक्म नहीं सीगा, लेकिन मैनूं शौक सी कि देश सेवा वास्ते मैं घरों आया करा। मैं साहब अगे बेनती कीती कि मैनू भेज दियो। उस वक्त दे विच बड़े अफसर जेलां अंदर जाके भी कहिंदे सी वी जिन्हें जाना है वो जेल चो माफ है, क्योंकि अगे नफरी पूरी नहीं हो रही सी। तो मेरी छोटी उम्र देख के हर अफसर मैनू देखदा सीगा कि इहदा किस तरह का हौसला है। इतना उस वेले खौफ और सहम सीगा, जब साडी डॉक्टरी होने लगी तो डॉक्टर ने पूछया कि साहब किस नूं दुध लावा, तुसीं सिफारिश करो कि कमजोर है जिहड़े तकड़े हो जाण। तो साहब दी अखां चों पानी आया, प्यार दे हंझू केर के कहण लग्या सारे बली दे बकरे है, तू सारिआं नूं ला दे। ते हुण तुसीं मन दी उस वेले दी दशा देख सकते हो भी किस तरह की सी। लेकिन मैं ये भी जिंदगी का दसदा हाँ कि उस वेले कोई ख्याल नहीं सीगा, लेकिन जब अभ्यास दे उत्ते बैठन लगे, हालांकि उस कुल मालक प्रभु ने बिठाए कि जेड़ा अज भी शब्द रूप होके कण कण दे विच व्यापक है, साड़ी रक्षा करता है। फिर भी मैं दसदा हुंदा जद मैं थोड़ा जे इसी खेत अंदर बाहर फिर के आके बहिंदा सां, तो मन शेर दी तरह शेर दा रूप धार के अगे खड़दा सीगा कि अंदर नहीं वड़न देऊंगा। तो मन नाल मुकाबला जिहड़ा करना है ये भी कोई सूरमा कर सकदा है। तो बाबा बिशन दास जब मैं उन्होंने पास जाता स, वो बड़े ही सख्त सन, उन्होंने लहजा अपना ही सीगा। तो वो एक कहानी सुनाते होंगे सी
ते दो साधु सन इसे तरह विश्वास दी वो दोने तप करते सन। उन्होंने सतगुरु ने कहा कि 12 साल अगर तुसी तप अभ्यास करोगे तो हो सकता तुहाडे ते रहम होवे परमात्मा दा। हुण दोनों दे बर्तन आपो अपने सन, दोनों दे आपो अपना बैकग्राउंड सीगा, तो एक तो बड़ा ही श्रद्धा दे नाल लग्या रहा, लग्या दूसरा भी रहा। लेकिन नारद दा ध्यान होया किते उस पासे दी लंघ रहा सीगा जिस रस्ते तो तप करदे सीगे। उन्होंने सोचा भी साधु तप करदे है, चलो दर्शन कर चलिए। जद उन्होंने वो पास गया जेड़ा ता श्रद्धालु सी, मजबूत सी इरादे दा कि जो गुरु ने कहा वो सच है, ब्रह्मांड पलट जाए संत बचन पलटे नहीं। उन्हें ता नारद भी भगवान दे पास जांदा आउंदा है तो बड़ा आदर कीता, क्योंकि प्यारे दा प्यारा भी प्यारा हुंदा है। सिखा नाल प्यार कौन करदा है? जिहदा गुरु नाल है। उन्हूं पता है कि ये गुरु दा शिष्य, इहदे अंदर गुरु बैठा है। गुरसिख गुरसिख नूं देखदा उन्हूं चा चढ़ जांदा है। एक दूजे दे चरणां उत्ते वो दोने एक दूजे दा सत्कार करदे है। तो जिस नूं सिख नूं न्योणा भुल जे उस अवमानी दे अंदर गुरु प्रगट नहीं हुंदा। इस वास्ते एक ने दा बड़ा सत्कार कीता कि नारद भगवान दे देश जांदा है। दूसरे ने कहा कि मैनू इतना चिर हो गया तप करदे नूं, ये केड़ा तप करदा है, मैनू की लोड़ है इस नूं उठण दी। तो पहले ने आसन दे के बिठाया सीगा। तो पहले दा सवाल यह सीगा कि नारद जी तुसी भगवान पास जाने हो, बेनती तां करियो कि मेरे दिल अंदर बड़ी श्रद्धा है, मैनू इसे तरह तप अभ्यास विच लाई रखना। उहदा यह सवाल नहीं सी कि मैनू मिलेगा या नहीं मिलेगा, यह सी कि मैनू करनी विच लाई रखना। दूसरा नारद नूं कहण लग्या देख बई मैनू 12 साल हो गए है, जो कहा सी मैं वो कर लिया है। हुण तू जानना, तू पुछी कि मैनू दर्शन देवेगा भगवान या नहीं देवेगा। जब भगवान दे पास नारद गया उन्होंने क्या बई देख तू मात लोक विचो आया है, उत्थे सड़ा कोई मैनू भी याद करदा है। उसना ने बड़ा प्यार ना कहा कि हां जी दो साधु बड़ा कठिन तप करते हैं, वो मैनू मिले सन। एक ने तो यह बेनती करी कि मैनू तुसी करनी विच लाई रखियो, तुहाडे सहारे नाल ही मैं करनी विच लग सकदा है, नहीं मेरी की ताकत है। और दूसरे ने यह कहा कि मैनू 12 साल गुरु ने बताया सीगा तप करन वास्ते, मैं पूरे कर ले है कि मैनू दर्शन होणगे। ओ साडे अंदर बैठा मालक साडे दिलां नूं जाणदा है। ओ कहिंदे नारदा जिसने तो यह कहा भी मैं निर्बल हाँ मैं तो कर नहीं करावे, ओनू कहीं मैं बड़ी जल्दी उसनू मिलन वाला है, मैनू मिल के उसनू खुशी होएगी। पर वो जिस पिपल दे नीचे तप कर रहा है ना, उस दे पत्ते गिन लवे, जितने वो पत्ते है उतने साल तप करेगा, करनी करेगा तो मैं फिर मिलूंगा। जद दूसरे पास गया वो कहंदा क्यों भाई नार तू गया सी, कोई है भगवान दा मेरे वास्ते संदेश, की कहंदे है मिलन गए या नहीं मिलते। वो
ਕਹਿਣ ਲੱਗਿਆ ਵੀ ਤੈਨੂੰ ਇੱਕ ਵਰਸ ਵਾਸਤੇ ਕਿਹਾ ਵੀ ਹੋਰ ਤਪ ਕਰੇਗਾ ਤੋ ਮਿਲ ਜਾਊਂਗਾ। ਹੁਣ ਉਹ ਗੁੱਸੇ ਚ ਸੀਗਾ ਕਿਉਂਕਿ ਕੋਈ ਭਰੋਸਾ ਨਹੀਂ ਸੀ। ਉਹ ਕਹਿੰਦਾ ਗੁਰੂ ਦਾ ਫਿਰ ਕਿਹਾ ਝੂਠਾ ਹੋ ਗਿਆ, 12 ਸਾਲ ਕਹੇ ਸੀਗੇ, ਮੈਂ 12 ਕਰਤੇ ਆ ਪੂਰੇ। ਉਹਨੇ ਨਾਰਦ ਮਗਰ ਵੀ ਬੁਰਾ ਭਲਾ ਬੋਲਿਆ, ਗੁਰੂ ਨੂੰ ਵੀ ਬੋਲਿਆ, ਉਹ ਜਿਹੇ ਜਿਹਾ ਸੀ ਉਹੋ ਜਿਹਾ ਹੀ ਰਹਿ ਗਿਆ। ਜਿਹੜਾ ਉਹ ਦੂਸਰੇ ਨੂੰ ਸੰਦੇਸ਼ ਦਿੱਤਾ ਸੀਗਾ ਕਿ ਬਈ ਪਿੱਪਲ ਦੇ ਪੱਤੇ ਗਿਣ ਲੈ, ਇਤਨੇ ਸਾਲ ਅਗਰ ਕਰਨੀ ਕਰੇਗਾ ਤੋ ਫੇਰ ਉਹ ਮਿਲਣਗੇ। ਉਹ ਉੱਠ ਕੇ ਨੱਚਣ ਲੱਗ ਪਿਆ ਖੁਸ਼ੀ ਦੇ ਵਿੱਚ ਕਿ ਆਹਾ ਹਾ ਭਗਵਾਨ ਨੇ ਕਰਾਰ ਤਾਂ ਕੀਤਾ। ਇਸੇ ਤਰ੍ਹਾਂ ਸੰਤ ਮਤ ਦਾ ਅਸੂਲ ਹੈ ਕਿ ਗਿਣਤੀ ਨਾ ਕਰਨੀ। ਅਸੀਂ ਕਹਿ ਦਿੰਦੇ ਹਾਂ ਜੀ ਸਾਨੂੰ 40 ਸਾਲ ਹੋ ਗਏ, ਕੋਈ ਕਹਿੰਦਾ ਜੀ 50 ਸਾਲ ਹੋ ਗਏ ਨਾਮ ਲਏ ਨੂੰ। ਤੋ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਮੇਰੀ ਜ਼ਿੰਦਗੀ 'ਚ ਬਾਬਾ ਜੈਮਲ ਸਿੰਘ ਦਾ ਨਾਮ ਲੇਵਾ ਵੀ ਮਿਲਿਆ। ਉਹਦਾ ਨਾਮ ਵੀ ਜੈਮਲ ਸਿੰਘ ਹੀ ਸੀਗਾ, ਬਜ਼ੁਰਗ ਸੀਗਾ। ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਅੰਦਰ ਚੰਗੇੜਾ ਨਹੀਂ ਦੇਖਿਆ। ਤੋ ਵੱਡੇ ਮਹਾਰਾਜ ਕਹਿੰਦੇ ਸੀ ਇਹ ਕਸੂਰ ਕਿਹਦਾ ਬਈ, ਜਦ ਸੰਤਾਂ ਨੇ ਰਸਤਾ ਬਤਾਤਾ ਹੈ ਹੁਣ ਚੱਲਣਾ ਤਾਂ ਅਸੀਂ ਹੈ। ਜੇ ਪੁੱਛੀਏ ਅਭਿਆਸ ਕਿੰਨਾ ਕੁ ਕਰਦੇ ਹੋ, ਕਹਿੰਦੇ ਜੀ ਕਦੇ ਕਦੇ ਅੱਧਾ ਕੁ ਘੰਟਾ, ਉਹ ਵੀ ਕਦੇ ਕਦੇ। ਤੁਸੀਂ ਸੋਚ ਕੇ ਦੇਖ ਲਓ ਜੇ 5-4 ਘੰਟੇ ਵੀ ਰੋਜ਼ ਕਰੀਏ ਤੇ ਫਿਰ ਵੀ ਦੁਨੀਆਦਾਰੀ ਦਾ ਪਾਲੜਾ ਭਾਰਾ ਰਹੇਗਾ। ਅਭਿਆਸੀ ਤਾਂ ਨਾ ਤਿਥ ਵਾਰ ਗਿਣ ਸਕਦਾ ਹੈ, ਨਾ ਟਾਈਮ ਗਿਣ ਸਕਦਾ ਕਿ ਮੇਰਾ ਟਾਈਮ ਕਿਵੇਂ ਬੀਤਿਆ ਹੈ। ਸੋ ਇਸ ਵਾਸਤੇ ਕਬੀਰ ਸਾਹਿਬ ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਦੱਸਦੇ ਆ ਕਿ ਵੀ ਪਿਆਰਿਓ, ਡਗਮਗ ਡੋਲਣ ਦੀ ਜੋ ਚਾਲ ਹੈ ਉਸ ਨੂੰ ਛੱਡੋ, ਮਜ਼ਬੂਤ ਹੋ ਕੇ ਜੋ ਪਿੱਛੇ ਵਕਤ ਗਿਆ ਹੈ ਉਸ ਦੇ ਤੁਸੀਂ ਉਹ ਤਾਂ ਟਪਾ ਤਾ, ਜੇ ਆਉਣ ਵਾਲਾ ਵਕਤ ਹੈ ਇਹਦੇ ਵਿੱਚ ਤੁਸੀਂ ਮਜ਼ਬੂਤ ਹੋ ਕੇ ਆਪਣੇ ਅਭਿਆਸ ਵਿੱਚ ਲੱਗੋ। ਹਾਂ ਬਾਈ, ਚੇਤਾਵਨੀ ਔਰ ਉਪਦੇਸ਼ ਕਬੀਰ ਸਾਹਿਬ ਕੀ ਸ਼ਬਦਾਵਲੀ ਭਾਗ ਪਹਿਲਾ ਪੰਨਾ ਨੰਬਰ 26 ਸ਼ਬਦ 22। ਛਾੜ ਦੇ ਮਨ ਬੋਰਾ ਡਗ ਮਗ, ਛਾੜ ਦੇ ਮਨ ਬੋਰਾ ਡਗ ਮਗ, ਅਬ ਤੋ ਜਰੇ ਮਰੇ ਬਣਿਆਵੇ, ਲੀਨੋ ਹਾਥ ਸਿੰਘੋਰਾ। ਹੁਣ ਆ ਪਿਆਰ ਨਾਲ ਕਹਿੰਦੇ ਹੈ ਕਿ ਸਾਨੂੰ ਡਗਮਗ ਜੋ ਬੈਠਣ ਉੱਠਣ ਦੀ ਚਾਲ ਲੈ ਕੇ ਡਿੱਗ ਪਏ, ਕਦੇ ਖੜ ਗਏ, ਕਦੇ ਵਿਆਹ ਚ ਲੱਗ ਗਏ, ਕਦੇ ਹਟ ਗਏ, ਉਹ ਕਹਿੰਦੇ ਛੱਡ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਹੁਣ ਵੀ ਕਿਤੇ ਕਿਤੇ ਰਾਜਸਥਾਨ ਦੇ ਵਿੱਚ ਪਿੱਛੇ ਜੈਸਾ ਵਾਕਿਆ ਹੋਇਆ ਸੀਗਾ ਸਤੀ ਹੋਣ ਦਾ, ਲੇਕਿਨ ਉਸ ਤਰ੍ਹਾਂ ਦਾ ਸਤੀ ਹੋਣਾ ਸੰਤ ਮਤ ਵਿੱਚ ਸੰਤਾਂ ਨੇ ਸਦਾ ਹੀ ਮੁਖਾਲਫਤ ਕੀਤੀ ਹੈ। ਕਬੀਰ ਸਾਹਿਬ ਨੇ ਕਿਹਾ ਸੀ ਕਿ ਸਤੀ ਉਹ ਨਹੀਂ ਜਿਹੜੀ ਅੱਗ ਵਿੱਚ ਸੜ ਜਾਵੇ, ਸੂਰਮਾ ਉਹ ਨਹੀਂ ਜਿਹੜਾ ਮੈਦਾਨੇ ਜੰਗ ਵਿੱਚ ਜਾ ਕੇ ਲੋਕਾਂ ਨੂੰ ਮਾਰੇ, ਸਤੀ ਕੌਣ ਹੈ ਜੋ ਬਿਰੇ ਦੀ ਅਗਨ ਵਿੱਚ ਸੜਦੀ ਹੈ, ਸੂਰਮਾ ਕੌਣ ਹੈ ਜੋ ਇਹਨਾਂ 5 ਬਕਾਰਾਂ ਨਾਲ ਮਨ ਨਾਲ ਵਿਸ਼ੇ ਬਕਾਰਾਂ ਨਾਲ ਲੜਦਾ ਹੈ। ਤੋ ਉਸ ਵਕਤ ਜਦੋਂ ਇਹ ਸਤੀ ਦੀ ਰਸਮ ਪੰਡਿਤ ਲੋਕਾਂ ਨੇ ਬੜੇ ਜ਼ੋਰ ਦੀ ਚਲਾਈ ਹੋਈ ਸੀ, ਉਸ ਵਕਤ ਉਸ ਨੂੰ ਇੱਕ ਨਾਰੀਅਲ ਦੇ ਦਿੰਦੇ ਸੀਗੇ। ਸਾਰਾ ਹੀ ਰੀਤੀ ਰਿਵਾਜ ਜੋ ਉਹਨਾਂ ਦਾ ਸੀਗਾ ਉਹ ਬਣਾ ਕੇ ਨਾਰੀਅਲ ਦੇ ਦੇਣਾ, ਜਿਹੜਾ ਵੀ ਆਉਂਦਾ ਸੀਗਾ ਉਹਨੂੰ ਪਤਾ ਸੀਗਾ ਬਈ ਇਹ ਹੁਣ ਜਲਣ ਵਾਸਤੇ ਚੱਲੀ ਹੈ। ਤੋ ਜੇ ਅੱਗੇ ਜਾ ਕੇ ਉਹ ਅੱਗ ਦਾ ਤਾਅ ਦੇਖ ਕੇ ਸੇਕ ਦੇਖ ਕੇ ਉਹ ਭੱਜ ਜਾਵੇ ਤੇ ਹਿੰਦੂ ਲੋਕ ਆਪਣੇ ਅਕੀਦੇ ਦੇ ਮੁਤਾਬਕ ਉਹਨੂੰ ਘਰ ਵਿੱਚ ਨਹੀਂ ਰੱਖਦੇ ਸੀਗੇ, ਤੋ ਭੰਗੀਆਂ ਦੇ ਹਵਾਲੇ ਕਰਦੇ ਸਨ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਵੀ ਉਹ ਸਤੀ ਨਹੀਂ ਜਿਹੜੀ ਅੱਗ ਵਿੱਚ ਜਲੇ, ਉਹ ਸੂਰਮਾ ਨਹੀਂ ਜਿਹੜਾ
मदाने जग विच जाके लड़दा है, असली सूरमा असली सती वो है जिहड़ी बिरह चोट दे विच मरदे है। गुरु नानक ने भी कहा, सतिया ए ना आखिए मड़िया लग चलन, जो मड़िया विच जाके सिव्या विच कबरां विच जाके जलदियां वो सतिया नहीं। सतिया से ही नानका जो बिरहों चोट जलन, क्योंकि संता ने जब बाणी लिखी है ज्यादातर उन्होंने पति पत्नी का रिश्ता लिया है। पत्नी आत्मा नु बयान किया है, पति वो शब्द नु बयान किया है। जिस तरह साड़ी आत्मा के अंदर जब इतनी तड़फ आ जाए कि मेरा पति परमात्मा मेरे अंदर है, मैं उसनु मिली नहीं, किन्ना अफसोस है। एक संगत एक ग्रह वस दे, मिल बात ना कर दे पाई। मिया बीबी एक शरीर ते, आत्मा और शब्द परमात्मा एक शरीर विच है, लेकिन मलाप नहीं गा। एक संगत एक ग्रह वस दे, मिल बात ना कर दे पाई। ना औरत ने पति नू देखिया ते ना ये सुहागण होई। क्या आत्मा ने ना परमात्मा नू शब्द ना मिलाप किया, ना इनू सदा दा सुहाग आत्मा नू मिलिया। तो इस वास्ते क्योंकि अंदर अलख ना जाई लख्या विच पढ़दा हो मैं पाई, साडे और परमात्मा दे दरम्यान अगर कोई रुकावट है वो साडा मन है, साडी होमै हंकार है। इस वास्ते कबीर साहब कहते हैं कि जब असी संत मत दे विच आ गए हैं, नाम प्राप्त ला लिया कर लिया है, तो एक किस्म का साडे हाथ विच ओ संदौरा नारियल आ गया है। अब तो जरे मरे सिद्ध पाई है। गुरु नानक ने भी कहा, गाहां को त्रांग पिछा फेरना मोह डला, हुण तां अगे जो होए सो होए। हां भाई, अब तो जरे मरे बन आवे, लियनो हाथ सिंधोरा, प्रीत प्रतीत करो दृढ़ गुरु की, सुनो शब्द कन कोरा। सब तो पहला गुरु ना प्यार, फिर उसते प्रतीत, जैसे मैं थानु पहले ही मिसाल दिती सी, जे सानू भरोसा ही नहीं प्रीत ही नहीं तो अगे रस्ता ही नहीं चलदा गा। जे मकान दी नींव ही मजबूत नहीं, मकान किस तरह खड़ेगा प्यारे हो। सब तो पहला प्रतीत प्रीत, फिर जो साडे सानू प्रीत है प्रतीत है, तो जेड़ा वो साडे प्यारे ने कम दिता है असी किस तरह बोझा समझांगे। तो फिर असी हौली हौली उस शब्द नू, क्योंकि संतां ने सानू ये तां नहीं किया भी तुसी प्रीत और प्रतीत बना के बैठे रहो, नहीं कहिंदे। फिर जो तुहानू दस्या गया है, नौ द्वारा नू खाली करो सिमरन दे जरिए, थोड़े अंदरों परमात्मा दे दरबार च उठ के आवाज अखा पिछे आ रही है, फिर उसनू रोज रोज सुनो, अनहद घंटा सुन सुनो रीजो। जैसे सुनोगे ऐसे ही थोड़े अंदरों आवाज आनी शुरू होएगी। अगर तुसी सुनदे ही नहीं तो थानू सुनाई की देवेगा जी। प्रीत प्रतीत करो दृढ़ गुरु की, सुनो शब्द घन घोरा, होई निसंक मगन होवे नाचे, लोभ मो परम छाड़ी। की है लोभ छड़ दियो, क्योंकि लोभी आदमी ना सत्संग विच आउंदा है ना अभ्यास ही करदा है,
ਉਹਦੇ ਦਿਮਾਗ ਚ ਆਉਂਦਾ ਹੈ ਕਿ ਜੇ ਮੈਂ ਸਤਸੰਗ ਵਿੱਚ ਗਿਆ ਕਾਰੋਬਾਰ ਚ ਘਾਟਾ ਪੈ ਜਾਏਗਾ, ਇਤਨੇ ਚਿਰ ਚ ਮੈਂ ਇਹ ਕੰਮ ਕਰ ਲੈਣਾ ਹੈ। ਲੇਕਿਨ ਕਬੀਰ ਸਾਹਿਬ ਇੱਕ ਜਗ੍ਹਾ ਇਹ ਵੀ ਕਹਿੰਦੇ ਹੈ, ਤੁਸੀਂ ਦੇਖੋ ਪੰਛੀਆਂ ਦੇ ਕੀ ਹੈ, ਹੱਥ ਨੀ, ਪੈਰ ਨੀ, ਕੋਈ ਜਾਇਦਾਦ ਨੀ, ਉਹਨਾਂ ਨੂੰ ਵੀ ਉਹਨਾਂ ਦੀ ਚੁੰਝ ਦੇ ਮੁਤਾਬਕ ਉਹ ਖਾਣਾ ਦਿੰਦਾ ਹੈ। ਤਾਂ ਉਹ ਦਿੰਦਾ ਸਾਨੂੰ ਵੀ ਹੈ, ਲੇਕਿਨ ਅਸੀਂ ਇਹ ਭਰੋਸਾ ਨਹੀਂ ਕਰਦੇ ਗੇ। ਤੋ ਲੋਭ ਨੂੰ ਛੱਡੋ, ਕ੍ਰੋਧ ਨੂੰ ਛੱਡੋ, ਕਿਉਂਕਿ ਕ੍ਰੋਧੀ ਅੰਦਰ ਸਵਾਮੀ ਜੀ ਮਹਾਰਾਜ ਨੇ ਕਿਹਾ ਧੁੰਨ ਨਹੀਂ ਪ੍ਰਗਟ ਹੋ ਸਕਦੀ ਹੈ, ਕ੍ਰੋਧੀ ਦਾ ਖਿਆਲ ਫੈਲਿਆ ਹੁੰਦਾ ਹੈ। ਇਹ ਧੁੰਨ ਹੈ ਤੁਰ ਅਦਰ ਲੋਕ ਕੀ ਕੋਈ ਪਕੜੇ ਸੰਤ ਸਿਪਾਹੀ। ਹੋਈ ਨਿਸੰਕ ਮਗਨ ਹੋਵੇ ਨਾਚੇ, ਲੋਭ ਮੋਹ ਪਰਮ ਛਾੜੇ, ਸੂਰਾ ਕਹਾ ਮਰਨ ਸੋ ਡਰ ਪੈ, ਸਤੀ ਨ ਸੰਚੈ ਪਾੜੇ। ਥੋੜਾ ਪਿਆਰ ਨਾਲ ਕਹਿੰਦੇ ਹੈ ਕਿ ਜਦ ਸੂਰਮਾ ਉਹ ਕਾਹਦਾ ਹੈ ਜਿਹੜਾ ਮੈਦਾਨੇ ਜੰਗ ਨੂੰ ਦੇਖ ਕੇ ਕਿ ਦੁਸ਼ਮਣ ਦਾ ਜ਼ੋਰ ਜ਼ਿਆਦੇ ਹੈ, ਉਹ ਡਰ ਜਾਵੇ, ਪਿੱਛੇ ਆ ਜਾਵੇ, ਤੇ ਉਸਦੀ ਅਪਕੀਰਤ ਹੁੰਦੀ ਹੈ, ਅਪਜਸ ਹੁੰਦਾ ਹੈ। ਤੋ ਸਤੀ ਘਰ ਦਾ ਸਮਾਨ ਨਹੀਂ ਸਾਂਭਦੀ ਜਾਂ ਜਲਣ ਵਾਸਤੇ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਆਤਮਾ ਦੀ ਹਾਲਤ ਹੁੰਦੀ ਹੈ ਕਿ ਜਦ ਇਹਦੇ ਅੰਦਰ ਬਿਰਾ ਜਾਗ ਪੈਂਦੀ ਹੈ, ਤੜਪ ਪੈਦਾ ਹੋ ਜਾਂਦੀ ਹੈ, ਤੋ ਇਹਦੇ ਅੰਦਰੋਂ ਵੀ ਜਿਹੜੇ ਇਹ ਵਿਰੋਧੀ ਤਾਕਤਾਂ ਹਨ ਇਹਨੂੰ ਰੋਕਣ ਵਾਲੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪਰਲਾ ਕੇ ਉੱਡ ਜਾਂਦੇ ਹੈ। ਇਹਦਾ ਵੀ ਐਸਾ ਅੰਦਰੋਂ ਜਿਹੜਾ ਉਹ ਖਿਆਲ ਹੈ ਉਹ ਪੈਦਾ ਹੀ ਨਹੀਂ ਹੁੰਦਾ ਗਾ ਕਿ ਕੀ ਹੋਏਗੀ, ਕੈਸੇ ਗੁਜ਼ਰ ਹੋਏਗੀ। ਉਹਨੂੰ ਪਤਾ ਹੈ, ਵੱਡੇ ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ ਕਿ ਦੇਖੋ ਵੀ ਪਿਆਰਿਓ, ਜਿਹਦੇ ਬੂਹੇ ਤੇ ਬੈਲ ਖੜਾ ਹੈ ਉਸ ਘਰ ਵਾਲੇ ਨੂੰ ਸਾਰਾ ਫਿਕਰ ਹੈ ਕਿ ਕਦ ਪਾਣੀ ਪਿਲਾਉਣਾ ਹੈ, ਕਦ ਇਹਨੂੰ ਚਾਰਾ ਚਾਰਨਾ ਹੈ। ਤੋ ਸਾਡਾ ਕੰਮ ਹੈ ਕਿ ਕੋਈ ਸ਼ੰਕਾ ਨਾ ਰਵੇ ਕਿ ਪਤਾ ਨਹੀਂ ਸਾਨੂੰ ਦਰਸ਼ਨ ਹੋਣਗੇ ਜਾਂ ਨਹੀਂ ਹੋਣਗੇ। ਨਹੀਂ, ਅਗਰ ਸਾਨੂੰ ਭਰੋਸਾ ਹੈ, ਪ੍ਰਤੀਤ ਹੈ, ਤੇ ਫਿਰ ਕਿਉਂ ਨਹੀਂ ਬਈ ਹੋਣਗੇ। ਉਹ ਬੇਇਨਸਾਫ ਨਹੀਂ, ਉਹ ਸਾਡੇ ਅੰਦਰ ਹੀ ਬੈਠਾ ਹੈ, ਅੰਦਰੋਂ ਹੀ ਉਸਨੇ ਪਰਦਾ ਖੋਲਣਾ ਹੈ। ਸੋ ਇਸ ਵਾਸਤੇ ਆਪਨੇ ਸਤੀ ਔਰ ਸੂਰਮੇ ਦੀ ਮਿਸਾਲ ਦੇ ਕੇ ਸਮਝਾਇਆ ਜੀ। ਸੂਰਾ ਕਾਮਰਨ ਸੋਂ ਡਰ ਪੈ, ਸਤੀ ਨ ਸੰਚੈ ਪਾਂਡੇ, ਲੋਕ ਲਾਜ ਕੁਲ ਕੀ ਮਰਿਆਦਾ, ਯਹੀ ਗਲੇ ਮੇ ਫਾਂਸੀ। ਲੋਕ ਲਾਜ ਕੁਲ ਮਰਿਆਦਾ, ਸਾਨੂੰ ਪਤਾ ਹੈ ਇਹ ਕਿਤਨੀ ਬੜੀ ਜ਼ਬਰਦਸਤ ਫਾਂਸੀ ਹੈ ਕਿ ਸਾਨੂੰ ਇਸ ਪਾਸੇ ਇਹੀ ਵੱਡੀ ਤੋਂ ਵੱਡੀ ਰੁਕਾਵਟ ਹੈ। ਜਦ ਅਸੀਂ ਬਚਪਨੇ ਦੇ ਵਿੱਚ ਭਗਤੀ ਵਾਲੇ ਪਾਸੇ ਲੱਗਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਮਾਤਾ ਪਿਤਾ ਭੈਣ ਭਰਾ ਹੀ ਸਾਨੂੰ ਤਾਨਾ ਮਿਹਣਾ ਕਰਦੇ ਹੈ ਕਿ ਤੂੰ ਕਿਹੜੇ ਪਾਸੇ ਲੱਗ ਗਿਆ ਹੈ, ਤੇਰਾ ਤਾਂ ਖਾਣ ਪੀਣ ਦਾ ਟਾਈਮ ਹੈ, ਤੇਰਾ ਪਹਿਨਣ ਦਾ ਟਾਈਮ ਹੈ, ਭਗਤੀ ਤਾਂ ਬੁੱਢੇ ਕਰਦੇ ਹੈ। ਕਿਉਂਕਿ ਹਰ ਸਮਾਜ ਵਿੱਚ ਇਹ ਰਿਵਾਜ ਹੁੰਦਾ ਹੈ, ਮੈਂ ਸਿੱਖਾਂ ਦੇ ਵੀ ਦੇਖਿਆ ਹੈ, ਮੁਸਲਮਾਨਾਂ ਦੇ ਵੀ ਦੇਖਿਆ ਹੈ, ਹਿੰਦੂਆਂ ਦੇ ਵੀ ਦੇਖਿਆ ਹੈ, ਇਸਾਈਆਂ ਦੇ ਵੀ ਦੇਖਿਆ ਹੈ ਕਿ ਬੁੱਢੇ ਹੀ ਮੰਦਰਾਂ 'ਚ ਵਿਚਾਰੇ ਤੁਰੇ ਫਿਰਦੇ ਹੈ, ਤੋ ਬੱਚੇ ਨਹੀਂ। ਅਗਰ ਕੋਈ ਬੱਚਾ ਜਾਣ ਵਾਸਤੇ ਕੋਸ਼ਿਸ਼ ਕਰਦਾ ਤੇ ਉਹ ਮਾਤਾ ਪਿਤਾ ਕਹਿੰਦੇ ਆ ਤੁਸੀਂ ਕੰਮ ਕਰ ਭਾਈ, ਤੈਂ ਕੀ ਲੈਣਾ, ਅਸੀਂ ਜਾਣੇ ਹਾਂ। ਸਿੱਖਾਂ ਦੇ ਹੈ ਦਰਬਾਰ ਸਾਹਿਬ ਖੁੱਲਾ ਹੋਵੇ, ਪ੍ਰਕਾਸ਼ ਹੋਵੇ, ਪੜ੍ਹਦੇ ਹੋਣ, ਤੋ ਭਾਈ ਆ ਕੇ ਬੈਠ ਜਾਂਦਾ ਹੈ, ਪੜ੍ਹਦਾ ਹੈ, ਤੋ ਘਰ ਵਾਲੇ ਜਿਹੜੇ ਨੌਜਵਾਨ ਹੈ ਉਹ ਕੋਈ ਸੁਣਨ ਵਾਸਤੇ ਨਹੀਂ ਜਾਏਗਾ।
ਬੁੱਢੇ ਦੀ ਡਿਊਟੀ ਹੁੰਦੀ ਹੈ ਕਿ ਤੂੰ ਇੱਥੇ ਬੈਠਾ ਕੀ ਕਰਦਾ, ਤੂੰ ਜਵਾਕ ਲੈ ਕੇ ਉੱਥੇ ਬਹਿ ਜਾ। ਉਹ ਜਵਾਕ ਜਿਹੜੇ ਰੋਂਦੇ ਹੁੰਦੇ ਆ, ਜਿਨ੍ਹਾਂ ਨੂੰ ਉਹ ਵੀ ਪਤਾ ਨਹੀਂ ਗਾ, ਤੇ ਬੁੜੇ ਨੇ ਜਵਾਕ ਬਰਾਉਣ ਵਾਸਤੇ ਉੱਥੇ ਬੈਠ ਜਾਣਾ ਹੈ। ਇਹੀ ਮੈਂ ਮੌਲਵੀ ਦੇ ਕੁਰਾਨ ਪੜ੍ਹਦੇ ਦੇਖੇ ਹੈ। ਇਹੀ ਸਾਡੇ ਇਸਾਈਆਂ ਦੇ ਹੈ ਕਿ ਬੁੱਢੇ ਲੋਕ ਚਰਚ ਵਿੱਚ ਜਾਣਗੇ, ਨੌਜਵਾਨ ਨਹੀਂ। ਉਹ ਸਿਨੇਮਿਆਂ 'ਚ ਹੋਣਗੇ ਜਾਂ ਉਸ ਵੇਲੇ ਟੈਲੀਵਿਜ਼ਨ ਦੇ ਅੱਗੇ ਬੈਠੇ ਹੋਣਗੇ। ਅਗਰ ਕੋਈ ਭਾਗ ਵਾਲਾ ਕਿਸੇ ਦਾ ਬੱਚਾ ਇਸ ਪਾਸੇ ਜਾਵੇ, ਤਾਂ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਕਹਿੰਦੇ ਹੈ, ਬਈ ਤੂੰ ਕਿਹੜੇ ਪਾਸੇ ਲੱਗ ਗਿਆ, ਤੇਰਾ ਤਾਂ ਖਾਣ ਪੀਣ ਦਾ ਮੌਕਾ ਹੈ। ਜਦ ਮੇਰੇ ਵੀ ਮਾਤਾ ਪਿਤਾ ਨੇ ਐਸੀ ਗੱਲ ਕਹੀ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਮਾਤਾ ਤੂੰ ਲੱਕੜੀਆਂ ਜਲਾਉਣੀ ਹੈ, ਮੈਂ ਦੇਖਦਾ ਕਿ ਛੋਟੀਆਂ ਪਹਿਲਾਂ ਜਲਦੀਆਂ, ਬੜੀਆਂ ਨੂੰ ਮਗਰੋਂ ਲੱਗਦੀ ਹੈ। ਕੀ ਪਤਾ ਹੈ ਮੌਤ ਮੈਨੂੰ ਪਹਿਲਾਂ ਆਵੇ, ਜਵਾਨੀ ਮਾਣੀਏ ਹੀ ਨਾ। ਇਹ ਅਸੀਂ ਸਾਡੇ ਉਦੋਂ ਖਿਆਲ ਐਸੇ ਪੈਦਾ ਹੁੰਦੇ ਜਦ ਆਦ ਕਰਤਾ ਉਹ ਪਰਮਾਤਮਾ ਦਿਆ ਕਰੇ, ਨਹੀਂ ਤਾਂ ਅਸੀਂ ਇਹਨਾਂ ਗੱਲਾਂ 'ਚ ਹੀ ਰੁੜ ਜਾਂਦੇ ਹਾਂ। ਉਸ ਤੋਂ ਬਾਅਦ ਸਾਡੇ ਮਾਨ ਪਦਵੀ ਹੈ, ਉਹਦਾ ਵੀ ਜਦ ਅਸੀਂ ਬੜੀ ਪਦਵੀ ਤੇ ਹੈ, ਸੰਤਾਂ ਦੇ ਸਤਸੰਗ ਵਿੱਚ ਜਾਵਾਂਗੇ, ਤੇ ਲੋਕ ਸਾਨੂੰ ਕੀ ਕਹਿੰਦੇ ਹੈ, ਵੇਖੋ ਕਿੱਡਾ ਪੜ੍ਹਿਆ ਲਿਖਿਆ ਹੈ, ਕਿੱਡਾ ਸਮਝਦਾਰ ਹੈ। ਉਹ ਇਹ ਵੀ ਸਾਧਾ ਮਗਰ ਤੁਰਿਆ ਫਿਰਦਾ, ਉੱਥੇ ਅਸੀਂ ਰੁੜ ਜਾਂਦੇ ਹਾਂ। ਉਸ ਤੋਂ ਬਾਅਦ ਹੁਣ ਜਿਹੜਾ ਤੰਦ ਦੁਨੀਆ ਪਿੱਟ ਰਹੀ ਹੈ, ਤੁਹਾਨੂੰ ਪਤਾ ਹੀ ਹੈ, ਕਬੀਰ ਸਾਹਿਬ ਨੇ ਕਿਹਾ ਸੀ ਕਬੀਰ ਦੁਨੀਆ ਆਂਧਰੀ, ਦੁਨੀਆ ਅੰਧੀ ਹੈ, ਇਹਨੂੰ ਕੌਣ ਸਮਝਾਵੇ। ਕਿਸ ਤਰ੍ਹਾਂ ਜਿਵੇਂ ਗਊ ਅੰਧੀ ਹੁੰਦੀ ਹੈ, ਗਊ ਦਾ ਵੱਛਾ ਮਰ ਜਾਂਦਾ ਹੈ, ਤੋ ਜੀਵੀਦਾਰ ਲੋਕ ਗੁੱਜਰ ਲੋਕ ਦੁੱਧ ਕੱਢਣ ਦੀ ਖਾਤਰ ਉਹਦਾ ਖੱਲ ਲੁਹਾ ਕੇ ਤੇ ਤੂੜੀ ਨਾਲ ਭਰ ਦਿੰਦੇ ਆ। ਉਹ ਗਊ ਨੂੰ ਨੀ ਪਤਾ ਵੀ ਇਹਦੇ ਵਿੱਚ ਤਾਂ ਕੁਛ ਵੀ ਨੀ ਗਾ, ਉਹ ਚੰਮ ਨੂੰ ਚੱਟਦੀ ਰਹਿੰਦੀ ਹੈ। ਇਹੀ ਹਾਲਤ ਸਾਡੀ ਹੈ, ਆਪ ਹੀ ਅਸੀਂ ਮੂਰਤੀਆਂ ਕੱਢਦੇ ਹਾਂ, ਆਪ ਹੀ ਦੇਵਤੇ ਬਣਾਉਂਦੇ ਹਾਂ, ਆਪ ਫਿਰ ਉਹਨਾਂ ਤੋਂ ਆਸਾਂ ਭਾਲਦੇ ਹਾਂ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ ਕਿ ਇਹਨਾਂ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰੋ। ਵੱਡੇ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਕਿਉਂਕਿ ਪਹਿਲਾਂ ਸਾਡੇ ਪੰਜਾਬ ਅੰਦਰ ਕੁੱਲ ਗੁਰੂ ਅੱਜ ਵੀ ਰਾਜਸਥਾਨ ਵਿੱਚ ਆਉਂਦੇ ਹੈ, ਉਹਨਾਂ ਲੋਕਾਂ ਦੀ ਕੁਛ ਫੀਸ ਰੱਖੀ ਹੁੰਦੀ ਹੈ, ਤੋ ਘਰ ਘਰ ਮੰਤਰ ਉਹ ਦਿੰਦੇ ਫਿਰਦੇ ਹੈ। ਤੋ ਸਾਡੇ ਵੀ ਪਿੱਛੇ ਪੰਜਾਬ ਅੰਦਰ ਬਹੁਤ ਸਾਰੇ ਸੋਢੀ ਔਰ ਬੇਦੀ ਉਹਨਾਂ ਲੋਕ ਮੰਨਦੇ ਸਨ, ਸਾਲ ਤੋਂ ਦਾਣੇ ਵੀ ਦਿੰਦੇ ਸਨ। ਉਹਨਾਂ ਨੇ ਆ ਕੇ ਸੱਥ ਵਿੱਚ ਬੈਠ ਜਾਣਾ ਹੈ, ਉਹ ਪਾਣੀ ਕਿਰਪਾਨ ਫੇਰ ਕੇ ਪਿਉਂਦੇ ਸਨ। ਜੋ ਸਾਡੇ ਵਿੱਚ ਥੋੜਾ ਬਹੁਤਾ ਹੋਣਾ ਉਹ ਨਮਸਕਾਰ ਵੀ ਕਰਦੇ ਸਨ, ਮੱਥਾ ਵੀ ਟੇਕਦੇ ਸਨ। ਤੋ ਮਹਾਰਾਜ ਸਾਵਣ ਸਿੰਘ ਆਪਦੀ ਜ਼ਿੰਦਗੀ ਦਾ ਦੱਸਦੇ ਹੁੰਦੇ ਸੀਗੇ ਕਿ ਜਦੋਂ ਉਹਨਾਂ ਨੂੰ ਨਾਮ ਮਿਲ ਗਿਆ ਤੇ ਉਹਨਾਂ ਨੇ ਉਸ ਕੁੱਲ ਗੁਰੂ ਨੂੰ ਅੱਗੇ ਤੋਂ ਆਦੇ ਅਸੀਂ 1 ਰੁਪਿਆ ਦਿੰਦੇ ਸੀ, ਉਦੋਂ ਉਹਨੂੰ ਦੱਸ ਦਿੱਤੇ, ਲੈ ਵੀ ਸਾਨੂੰ ਹੁਣ ਪੂਰਾ ਗੁਰੂ ਮਿਲ ਗਿਆ, ਹੁਣ ਤੈਨੂੰ ਖੇਚਲ ਕਰਨ ਦੀ ਲੋੜ ਨਹੀਂ। ਇਹ ਤਾਂ ਉਹ ਸੂਰਮੇ ਸਨ, ਬਹਾਦਰ ਸਨ, ਜਿਨ੍ਹਾਂ ਨੇ ਲੋਕ ਲਾਜ ਤੋੜੀ। ਫਿਰ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਇੱਕ ਦਿਨ ਲੁਧਿਆਣੇ ਸਟੇਸ਼ਨ ਤੇ ਖੜਾ ਸੀਗਾ, ਤੋ ਬਾਬਾ ਜੀ ਜਾ ਰਹੇ ਸੀਗੇ ਤੇ ਮੈਂ ਬੇਨਤੀ ਕੀਤੀ ਕਿ ਮੇਰਾ ਪਿੰਡ ਨਜ਼ਦੀਕ ਹੀ ਹੈ, ਜੇ ਤੁਸੀਂ ਉੱਥੇ ਚਰਨ ਪਾਓ, ਸਤਸੰਗ ਵੀ ਦਿਓ। ਉਹਨਾਂ ਨੇ ਕਿ ਦਿਆ ਕਰ ਦਿੱਤੀ, ਮੈਂ ਪਿੰਡ ਲੈ ਗਿਆ। ਉੱਥੇ ਲਿਜਾ ਕੇ ਲੋਕਾਂ ਤੋਂ ਡਰਦੇ ਵੀ ਜੇ ਸਵਾਮੀ ਜੀ ਦੀ ਬਾਣੀ ਪੜ੍ਹੀ ਤੇ ਲੋਕ ਖਿਲਾਫ਼ ਕਰਨਗੇ, ਕਿਉਂਕਿ ਉਸ ਵਕਤ ਰਾਧਾ ਸਵਾਮੀ ਨਾਮ ਨੂੰ ਲੋਕ ਸੁਣ ਕੇ ਖੁਸ਼ ਨਹੀਂ ਸਨ। ਉਹ ਦਰਬਾਰ ਸਾਹਿਬ ਲਿਆ ਕੇ ਉਸ ਤੇ ਸਤਸੰਗ ਕਰਾਇਆ। ਤੋ ਰਾਤ ਨੂੰ ਬੀਬੀ ਰੁਕੋ ਜੋ ਉਹਨਾਂ ਦਾ ਫੁਲਕਾ ਤਿਆਰ ਕਰਦੀ ਸੀਗੀ,
ਉਹ ਕੋਠੇ ਤੇ ਚੜ ਕੇ ਸ਼ਬਦ ਬੋਲਣ ਲੱਗ ਗਏ ਸਵਾਮੀ ਜੀ ਦੀ ਬਾਣੀ ਦੇ। ਉਹ ਕਹਿੰਦੇ ਬਸ ਮੇਰੇ ਅੰਦਰੋਂ ਜਿਹੜੀ ਲੋਕ ਲਾਜ ਸੀ ਪਰਲਾ ਕੇ ਉੱਡ ਗਈ ਕਿ ਉਹਨੂੰ ਮੈਂ ਰੋਕ ਨਹੀਂ ਸਕਦਾ ਸੀਗਾ। ਸੋ ਇਹ ਕਬੀਰ ਸਾਹਿਬ ਕਹਿੰਦੇ ਆ ਕਿ ਇਹ ਸਾਡੇ ਅੰਦਰ ਬਹੁਤ ਵੱਡੀ ਰੁਕਾਵਟ ਹੈ, ਲੋਕ ਲਾਜ ਹੈ, ਤੇ ਇੱਕ ਫਾਂਸੀ ਚੜੀ ਹੋਈ ਹੈ, ਇਹਨੂੰ ਕੋਈ ਤੋੜੇ। ਇਹੀ ਬੁੱਲੇ ਦੇ ਪੇਸ਼ ਆਈਆਂ ਸੀ ਜਦ ਬੁੱਲੇ ਨੇ ਛੋਟੀ ਜਾਤੀ ਵਾਲਾ ਗੁਰੂ ਧਾਰਨ ਕਰ ਲਿਆ, ਕਿਉਂਕਿ ਮੁਸਲਮਾਨਾਂ ਦੇ ਅੰਦਰ ਸਜਦ ਲੋਕਾਂ ਪੂਜਾ ਦੇ ਕਾਬਲ ਹੈ, ਪੂਜਦੇ ਹੈ। ਤੇ ਉਹਦਾ ਮੁਰਸ਼ਦ ਜਿਹੜਾ ਸੀਗਾ ਉਹ ਉਰਾਈ ਸੀ, ਖੇਤੀਬਾੜੀ ਕਰਨ ਵਾਲਾ। ਭੈਣਾਂ ਭਰਜਾਈਆਂ ਸਭ ਤਾਨੇ ਮਿਹਣੇ ਮਾਰਨ ਲੱਗੇ, ਕੁਨਵਾ ਮਿਹਣੇ ਮਾਰਨ ਲੱਗਿਆ ਕਿ ਐਡੀ ਸਾਡੀ ਜਾਤੀ, ਲੋਕ ਸਾਨੂੰ ਮੰਨਦੇ ਆ, ਪੂਜਦੇ ਆ, ਤੇ ਤੂੰ ਉਰਾਈਆਂ ਕਿ ਨਹੀਂ ਜਾਂਦਾ। ਬੁੱਲਾ ਕਹਿਣ ਲੱਗਿਆ ਜੋ ਮੈਨੂੰ ਸਜਦ ਕਹੇਗਾ ਉਹ ਨਰਕੇ ਜਾਏਗਾ, ਜੋ ਮੈਨੂੰ ਰਾਈ ਸੱਦੇਗਾ ਉਹਨੂੰ ਬੇਹਸਤ ਜਗ੍ਹਾ ਮਿਲੇਗੀ। ਸੋ ਇਹ ਲੋਕ ਲਾਜ ਕਿਸੇ ਮਹਾਤਮਾ ਦੇ ਵਕਤ ਵਿੱਚ ਉਹਨੂੰ ਜ਼ਿਆਦਾ ਸਾਹਮਣਾ ਕਰਨਾ ਪਿਆ ਕਿ ਇਹਨੂੰ ਥੋੜਾ, ਪਰ ਕਰਨਾ ਸਭ ਨੂੰ ਪੈਂਦਾ ਹੈ। ਸੋ ਇਹ ਹੈ ਲੋਕ ਲਾਜ ਕੁਲ ਕੀ ਮਰਿਆਦਾ ਯਹੀ ਗਲੇ ਮੇ ਫਾਂਸੀ। ਹਾਂ ਬਈ, ਲੋਕ ਲਾਜ ਕੁਲ ਕੀ ਮਰਿਆਦਾ ਯਹੀ ਗਲੇ ਮੇ ਫਾਂਸੀ, ਆਗੇ ਹਵੇ ਪਗ ਪਾਛੇ ਕਰੀ ਹੋਏ ਜਗਤ ਮੇ ਹਾਂਸੀ। ਆਪ ਕਹਿਣ ਲੱਗੇ ਅੱਗੇ ਪੈਰ ਰੱਖ ਕੇ ਪਿੱਛੇ ਹਟੋਗੇ ਫਿਰ ਜਗਤ ਦੀ ਹਾਸੀ ਹੋਏਗੀ। ਕਹਾਵਤ ਹੈ ਕਿ ਮੂਹਰੋਂ ਭਾਈ ਨੇ ਨਾ ਦਿੱਤਾ ਤੇ ਪਿੱਛੋਂ ਕੁੱਤਾ ਲੈ ਗਿਆ। ਗੁਰੂ ਨੂੰ ਛੱਡ ਦੇਈਏ, ਕੁਛ ਲੋਕ ਕੁਛ ਚਿਰ ਤਾਂ ਪਿੱਠ ਪਿੱਛੇ ਕਹਿੰਦੇ ਆ ਕਿ ਜਿਹੜਾ ਗੁਰੂ ਦਾ ਨਾ ਬਣਿਆ ਵੀ ਇਹ ਕਿਹਦਾ ਬਣੇਗਾ। ਹੌਲੀ ਹੌਲੀ ਉਹੀ ਲੋਕ ਮੂੰਹ ਤੇ ਤਾਨਾ ਦੇਣ ਲੱਗ ਜਾਂਦੇ ਆ। ਮਹਾਰਾਜ ਸਾਵਣ ਦੇ ਅੱਗੇ ਬਹੁਤ ਸਾਰੇ ਸਸੰਗੀਆਂ ਨੇ ਸ਼ਿਕਾਇਤ ਕਰਨੀ, ਅੱਗੇ ਜੀ ਸਾਨੂੰ ਫਲਾਨੇ ਨੇ ਤਾਨਾ ਮਾਰਦੇ ਆ, ਮਿਹਣਾ ਮਾਰਦੇ ਆ। ਤੇ ਮਹਾਰਾਜ ਜੀ ਕਹਿੰਦੇ ਵੀ ਉਹ ਹੋਰ ਤੁਹਾਡੀ ਸੇਵਾ ਕਿਸ ਤਰ੍ਹਾਂ ਕਰਨ, ਉਹ ਤੁਹਾਨੂੰ ਪੱਕੇ ਕਰਦੇ ਆ। ਮੇਰੇ ਪਾਸ ਬਹੁਤ ਸਾਰੇ ਆ ਕੇ ਪ੍ਰੇਮੀ ਦੱਸਦੇ ਆ, ਅੱਗੇ ਜੀ ਸਾਨੂੰ ਤਾਨੇ ਨਾਲ ਦੱਸਦੇ ਆ ਜੇ ਅਸੀਂ ਨਹੀਂ ਆਉਂਦੇ ਕਿ ਐਤਕੀ ਤੁਸੀਂ ਸਤਸੰਗ ਤੇ ਨਹੀਂ ਗਏ। ਤੇ ਮੈਂ ਆਖਿਆ ਵੀ ਤੁਸੀਂ ਉਹਨਾਂ ਦਾ ਧੰਨਵਾਦ ਕਰੋ ਜਿਹੜੇ ਤੁਹਾਡਾ ਫਿਕਰ ਰੱਖਦੇ ਆ ਵੀ ਇਸ ਦਫ਼ਾ ਕਿਉਂ ਨਹੀਂ ਗਏ। ਇਹ ਵੀ ਉਸ ਮਾਲਕ ਦੀ, ਗੁਰੂ ਦੇਵ ਦੀ ਦਇਆ ਹੁੰਦੀ ਹੈ, ਮਿਹਰ ਹੁੰਦੀ ਹੈ ਕਿ ਸਾਡੇ ਅੰਦਰ ਕਿਸ ਤਰ੍ਹਾਂ ਚੇਤਨਾ ਕਰਾਈ ਰੱਖਦਾ ਹੈ। ਇਸ ਵਾਸਤੇ ਆਪ ਕਹਿੰਦੇ ਆ ਵੀ ਜੇ ਇਸ ਪਾਸੇ ਤੁਸੀਂ ਪੈਰ ਰੱਖ ਕੇ ਅੱਗੇ ਫਿਰ ਪਿੱਛੇ ਜਾਂਦੇ ਹੋ ਤਾਂ ਦੁਨੀਆ ਹਾਸੀ ਕਰੇਗੀ। ਬੁੱਲੇ ਸ਼ਾਹ ਦੀ ਇੱਕ ਅਕਵਾਲੀ ਵਿੱਚ ਆਉਂਦਾ ਹੈ, ਕੰਬਲੀ ਵਾਲੇ ਕਾ ਦਰ ਛੋੜ ਕੇ ਨਾ ਇਧਰ ਕੇਰੇ ਨਾ ਉਧਰ ਕੇਰੇ। ਜੀ ਆ ਗਏ ਹੋਵੇ ਪਗ ਪਾਛੇ ਤਰੀਓ ਹੋਏ ਜਗਤ ਮੇ ਹਾਂਸੀ, ਅਗਨ ਜਰੇ ਨਾ ਸਤੀ ਕਹਾਵੇ, ਰਣ ਜੂਜੇ ਨਹਿ ਸੂਰਾ, ਬੇਰੇ ਅਗਨ ਅੰਤਰ ਮੇ ਜਾਰੇ, ਤਬ ਪਾਵੇ ਪਦ ਪੂਰਾ, ਇਹ ਸੰਸਾਰ ਸਕਲ ਜਗ ਮੈਲਾ, ਨਾਮ ਗਹੇ ਤੇ ਸੂਚਾ, ਕਹੇ ਕਬੀਰ ਭਗਤ ਨੇ ਕਹੇ
कबीर भगत मत छाड़ो, गिरत परत चढ़ ऊंचा। हुण आप प्यार ना कहिंदे है कि जद दा संसार बनया है असी इत्थे गोते खा रहे हैं, जमण मरण दे कष्ट विच स्वर्गां च गए हैं तां भी तन मन दा पिंजरा नाल है, नरकां च है तां भी तन मन पिंजरा नाल है, अगर पशु पंछी है फिर भी तन मन दा पिंजरा साथ है। ये पंज वकार हर जूनी नूं लगे हुए है। चिड़ी नूं असीं सारिआं तों गरीब जानवर गिणदे हैं, तुसी उन्हां नूं लड़दियां देखो, एक दूजे नूं किस तरह खा जांदियां हन, ढा लैंदियां हन, एक सकेंट भी एक दूजे नूं नेड़े नहीं बैठन दिंदियां, एक क्रोध ही है ना। तुसी सर्प दा देख लो, मैं अपनी जिंदगी च एक देखिया, एक सर्प दूसरे नूं निगल रहा सीगा, उन्हें अद्धा कता नगा लिया और सारा नंघ नहीं सकता सी, क्योंकि नगाउण वाला जिहड़ा सर्प सीगा वह छोटा सी, नगाउण जिहड़ा जिहनूं नगाउंदा सी वह बड़ा सीगा, वह दोनों तड़फी जाण। हुण जिहड़ा विच आ गया अद्धा, उन्हें तो तड़फना ही सी, साह बंद हो गया, तो जिहड़ा उसनूं गुस्से दे विच नगाउण दी कोशिश कर रहा नंघ नहीं रहा सीगा। की है बई, इह क्रोध दी अग्नि है। पशु पंछियां अंदर भी हैगी है, तो इंसान का तो असीं देखते हैं पिछा नहीं छड़दी। क्रोधी आदमी की नहीं करता भी, वो आप भी है शांत, उहदे पास जो रहने वाले वह भी है शांत, क्रोधी दूणा जला है। सो इस वास्ते कबीर साहब कहिंदे जन्मा जन्मात्रा की मैल लगी हुई है। किहदा नाल लईए, एक नहीं दो नहीं, जिन्ने भी असीं इह काल दी नगरी च आ जांदे हैं। सुच्चे कौण हुंदे है, कहण लगे उह नाम सुच्चा है, सतगुरु सुच्चा है, उस दी कमाई करो। फिर उह कहिंदी जे तुसीं गिर जांदे हो ते तुसीं उहदा हुण फिक्र ना करो, बल्कि फिर तकड़े विश्वास दे नाल उदों भी उच्चे चढ़ जाओ, पहलां नालों भी ज्यादा अभ्यास करो। हां भाई, शब्द ते ही भूला मन समझावे जो पै, भूला मन समझावे अरब खरब लो दरब गाड़ी, खर्चन खान ना पावे। हुण कबीर साहब कहिंदे आ कि सानू जन्मा जन्मात्रा दे विच कौण भुला रहा है, परमात्मा दी तरफों यह साडा अपना मन है, मन काल दा एजेंट है, इहदा कम है कि वह मालक दी कोई भगती ना कर, कोई शब्द भगती दे विच ना लगे। किसी लड़की ने वड़े महाराज सावर नूं कहा कि जी मेरा मन मैनू भजन च नहीं बैण दिंदा, वो कहिंदे होर ए की करे, जद ए आपदे मालक दा हुक्म वजाउंदा ते तू आपदे मालक दा हुक्म वजा। की सानू ए भरम पाउंदा, की भुलेखा पाउंदा, किस तरह सानू भुलाउंदा है। कहिंदे अरबां खरबां असीं जोड़ लैंदे हैं, जद असीं जोड़दे हैं उदों यही ख्याल हुंदा है कि असीं इस नूं खर्चांगे, खावांगे, या साडे बच्चे इस नूं इस तरह करनगे। ना खाणा ना बैठा खाण देना, लेकिन यह एक भुलेखा है, क्यों माया तां एक बिरश की छाया है। कबीर साहब कहते अज इधर है कल इधर है। वे महाराज जी कहते होंगे सी कि पापा बाजो आवे नाही, मुया साथ न जाई। माया कद जुड़ती है जब असी इस गैर तरीके दे नाल कमाने हैं।
वो तुहानू जोड़ के असीं अपनी ऐशो इशरत दा समान बना लैंदे हां। या तां साडे देखदिआं देखदिआं साडे बच्चे राज पलटा कर दिंदे आ, सांभ लैंदे आ, ते बुढ़ा बुढ़ी एक खूंजे च लगे बैठे होंदे आ। तो या साडे मरिआं पिछों वारस बन जांदे आ, ਉਹ ਜਦੋਂ ਮਾਇਆ ਇਸ ਤਰ੍ਹਾਂ ਉਹਨਾਂ ਨੂੰ ਮਿਲ ਜਾਂਦੀ ਹੈ, ਉਹਨੂੰ ਤੁਹਾਨੂੰ ਪਤਾ ਹੀ ਹੈ, ਫਿਰ ਕੋਈ ਖੂਨ ਪਸੀਨਾ ਤਾਂ ਡੋਲਿਆ ਨਹੀਂ ਹੁੰਦਾ, ਉਹ ਉਹਨਾਂ ਨੂੰ ਵਿਸ਼ੇ ਬਕਾਰਾਂ ਸ਼ਰਾਬਾਂ ਕਬਾਬਾਂ ਚ ਲਾ ਦਿੰਦੇ ਹੈ। ਹਾਂ ਬਈ, ਅਰਬ ਖਰਬ ਲੋਨ ਦਰਬ ਗਾੜੀ ਖਰਚਨ ਖਾਨ ਨਾਮ ਪਾਵੇ, ਜਬ ਜਮ ਆਈ ਕਰੇ ਕੰਠ ਕੇਰੋ, ਦੇ ਦੇ ਸੈਨ ਬੁਝਾਵੇ। ਪਿਆਰੇ ਉਹ ਕਬੀਰ ਸਾਹਿਬ ਕਹਿੰਦੇ ਮੌਤ ਅਟਲ ਹੈ। ਸੰਤਾਂ ਨੇ ਡਰਾਉਣ ਵਾਸਤੇ ਬਾਣੀਆਂ ਨਹੀਂ ਲਿਖੀਆਂ, ਇਹ ਸੱਚ ਹੈ। ਜਦ ਜਮ ਆ ਜਾਂਦਾ ਹੈ ਉਸ ਵੇਲੇ ਸਾਡੀ ਜਵਾਨ ਬੋਲ ਕੇ ਕੋਈ ਦੱਸ ਨਹੀਂ ਸਕਦੀ, ਘਰ ਵਾਲੇ ਉਸ ਵੇਲੇ ਉਹਨੂੰ ਆਰਾਮ ਨਾ ਮਰਨ ਵੀ ਨਹੀਂ ਦਿੰਦੇ, ਕਹਿੰਦੇ ਕਿਸੇ ਦਾ ਲੈਣਾ ਦੇਣਾ ਦੱਸ ਜਾ, ਰੱਖਿਆ ਰਖਾਇਆ ਦੱਸ ਜਾ, ਮੈਂ ਤਾਂ ਇੱਥੋਂ ਤੱਕ ਦੇਖਦਾ ਹੈ ਕਿ ਉਦੋਂ ਉਸ ਉਹ ਅੱਧ ਵਿਚਾਲੇ ਹੀ ਹੁੰਦਾ ਹੈ ਤੇ ਉਹਨੂੰ ਕਚਹਿਰੀ 'ਚ ਲੈ ਜਾਂਦੇ ਹੈ ਕਿ ਵਸੀਅਤ ਤਾਂ ਕਰਾ ਲਈਏ। ਮੈਂ ਇੱਕ ਬੁੱਢੇ ਦੀ ਮਿਸਾਲ ਦਿੰਦਾ ਹੈ ਕਿ ਜਦ ਉਹਦਾ ਪਿਆਰਾ ਲੜਕਾ ਆਖਰ ਟਾਈਮ ਵਸੀਅਤ ਕਰਾਉਣ ਲੱਗਿਆ, ਉਹਦੀ ਅਜੇ ਸੁਥਾ ਸੀ ਉੱਧਰ ਵੀ ਚਲੋ ਇਹ ਤਾਂ ਮੇਰੇ ਕੋਲੇ ਰਵੇ, ਉਹ ਕਹਿੰਦਾ ਬਾਬੇ ਕੋਲੇ ਲੈ ਚੱਲੋ। ਲਓ ਜੀ ਬਾਬੇ ਕੋਲੇ ਲਿਆਂਦਾ, ਕਹਿੰਦਾ ਦੇਖੋ ਜੀ ਮੈਂ ਤਾਂ ਇਹਨੂੰ ਸਾਰੀ ਜ਼ਿੰਦਗੀ ਪਿਆਰ ਕੀਤਾ, ਇਹ ਮੇਰੇ ਨਾਲ ਕੀ ਕਰਦੇ ਹੈ। ਉਹ ਜਿਹੜਾ ਵੀ ਉਹਦੇ ਨਾਲ ਗੱਲ ਕਰੋ, ਉਸ ਉਹ ਕਹੇ ਤੈਂ ਹੁਣ ਕੀ ਕਰਨੀ ਹੈ, ਤੇ ਉਹਦੇ ਟੀਕਾ ਲਵਾ ਕੇ ਲਵਾਇਆ ਜਾ ਕੇ ਵੀ ਇਹ ਨਸ਼ੇ 'ਚ ਹੋ ਜੇ, ਇਹਨੂੰ ਦਲੇਰੀ ਆ ਜਾਵੇ, ਉਹ ਰੋਂਦੇ ਕਲਾਂਦੇ ਤੋਂ ਅੰਗੂਠਾ ਲਵਾ ਲਿਆ। ਹੁਣ ਤੁਸੀਂ ਦੇਖ ਲਓ, ਜੇ ਬੋਲ ਨਹੀਂ ਸਕਦਾ ਤੇ ਕਹਿੰਦੇ ਗੁੱਠਾ ਤਾਂ ਲਾਊ, ਤਾਂ ਫਿਰ ਉਹ ਕਹਿੰਦੇ ਆ ਵੀ ਕਿੱਥੇ ਆ ਤੇਰਾ ਧਨ, ਉਹ ਸੈਨ ਨਾ ਬਤਾਉਂਦਾ ਹੈ, ਬੋਲ ਸਕਦਾ ਨਹੀਂ ਗਾ, ਆਹ ਹਾਲਤ ਆ ਸਾਡੀ ਜੀ। ਜਬ ਜਮ ਆਈ ਕਰੇ ਕੰਠ ਕੇਰੋ, ਦੇ ਦੇ ਸੈਨ ਬੁਝਾਵੇ, ਬੋਈ ਬਬੂਰ ਅਬ ਫਲ ਚਾਹਤ, ਸੋ ਫਲ ਕੈਸੇ ਪਾਵੇ। ਫਰੀਦ ਸਾਹਿਬ ਨੇ ਕਿਹਾ ਕਿ ਲੋੜੇ ਦਾਖ ਬਜਿਓਰੀਆਂ ਕਿੱਕਰ ਬੀਜੇ ਜੱਟ, ਹੰਡਾ ਉਹਨੂੰ ਕਤਾਏ ਦਾ ਤੇ ਪੈਂਦਾ ਲੋੜੇ ਪੱਟ। ਮਹਾਤਮਾ ਈਸ਼ਰਦਾਸ ਨੇ ਕਿਹਾ ਸੀ ਤਾਰਾ ਮੀਰਾ ਸਾਗ ਬੀਜ ਕੇ ਸਵਾਦ ਭਾਲਦਾ ਖੀਰਾਂ ਦੇ। ਹੁਣ ਜਿਹਨੇ ਕਿੱਕਰਾਂ ਬੀਜੀਆਂ ਹਨ, ਬਬੂਲ ਬੀਜਿਆ ਹੈ, ਉਹ ਬਈ ਅੰਬ ਦਾ ਫਲ ਕਿਵੇਂ ਖਾਏਗਾ? ਤੁਸੀਂ ਸੋਚ ਕੇ ਦੇਖ ਲਓ ਕਿਸ ਤਰ੍ਹਾਂ ਖਾਏਗਾ। ਸੋ ਸਾਨੂੰ ਕਬੀਰ ਸਾਹਿਬ ਬੜੇ ਪਿਆਰ ਨਾਲ ਸਮਝਾਉਂਦੇ ਹੈ ਕਿ ਜਦ ਵਕਤ ਹੈ ਉਦੋਂ ਭਜਨ ਕਰਾਂਗੇ, ਉਹ ਅਸੀਂ ਇੱਕ ਕਿਸਮ ਦਾ ਅੰਬ ਦਾ ਪੌਦਾ ਲਾ ਰਹੇ ਹੁੰਦੇ ਹਾਂ, ਤੋ ਅੰਬ ਦਾ ਹੀ ਫਲ ਖਾਵਾਂਗੇ ਜੀ। ਬੋਈ ਬਬੂਰ ਅਬ ਫਲ ਚਾਹਤ, ਸੋ ਫਲ ਕੈਸੇ ਪਾਵੇ, ਖੋ
छोटा दाम खांट ले डोलत पली पली वास्त मोलावे। और जो सारी जिंदगी खोटी पूंजी इकट्ठी की थी अगे ओदा भाई सौदा कौन देगा। कबीर साहब कहते हैं कबीर गागर जल परी देन वो पानी दी गागर कच्ची गागर कहते हैं। आज काल जाए है फूट गुरजिन चेत्या अपना सो आद मांझ जाएंगे लूट। अंत समा आउंदा है जम आ जांदे है वो डंडे मारदे है तोर लेंदे है प्यास लगदी है। तुसी गरुड़ पुराण नूं पढ़ के देख लो प्यास लगदी है रस्ते च पानी मंगदा है वो कहिंदे हाँ भाई पानी दे दिंदे हैं पर इत्थे पानी मुल्लदा है। जिहड़े लोग पुराने इत्थों दे वासीवान है उन्हां नूं पता है कि पानी किस तरह मुल्लदा है। मेरे पास भगत रहिंदा सी मैं दिल्ली गया जदों सच्चे पातशाह ने चोला छड्डिया है तो मैनूं 10 बजे स्टेशन ते छड्डिया है। तो दिन बड़ा मुश्किल सीगा एक उदासी सी तो मैं सोचा भी उत्थे लाल किले च जाके आराम कर लांगे उत्थे इतना रश नहीं हुंदा गा। असी उत्थे गए मैं चादर लेके अपना कपड़ा तो घास ते लेट गया उत्थे एक पानी वाला आया। हुण भगत ने तो यह सोचा भी असी किन्ना किन्ना पानी लोगों नूं पिउने हैं वो कहिंदा भी गिलास मैनू भी दे। हुण राजस्थानी बंदा तो उसने वो पानी का गिलास दे दिता वो कहिंदा भी दसी दे दे। हुण भगत उहनूं दसी ना देवे कि पानी का भी मुल जद खेड़े पे हुण भगत कोले पैसे ही नहीं सी तो मैनू मैं मूंह तो कपड़ा ला के देखिया तो साडा ही भगत फसिया होया। तो मैं उन्हूं कहा भी भरावा इत्थे तो पैसे नूं पानी मिलदा है जिहड़ा चुकी फिरदा है जद ऐ दुनिया च कोई मुफ्त नहीं पिउंदा तो अगली च कौन पियाएगा भाई। तो कहिंदे गुरु जी ने लुटिया वो कहिंदे भी भाई वो की कहिंदे जां जिहड़ा कि वो पुन्न है तेरा तो सानू दे दे खोटा पैसा नहीं कोई लैंदा गा जिहड़ा खरा है वह लेगा। ते गुरजिन चेत्या अपना सो आद मान जाएंगे लूट अजे धर्मराज दे पेश होना ही है। चोर नू बदमाश नू पुलिस वाले फड़ लेंदे है वो खूब रगड़ा लाउंदे है कुटदे है जो धन पदार्थ उत्थे थाने च ही ला पैंदा है। तो अदालत दे विच तां विचारा तुहानू पता ही है फोग ही जांदा है। तो अगे मजिस्ट्रेट नू सजा दे दिंदा सारी जिंदगी चक्कियां च लाउंदा है। सो जामें नू रस्ते च ही लुट लेंदे है क्योंकि कोई गुरु नहीं कोई पीर नहीं कोई नू छडाउण वाला नहीं कि जिहड़ा उत्थे हाजिर होवे। हां भाई छोटा दाम खांट ले डोलत पली पली वास्त मोलावे गुरु परताप साध की संगत मन बांचत फल पावे। केड़ी चीज साड़ी मदद है कि गुरु दा प्यार जो गुरु दी सोबत और संगत कर ली इहदे नाल जो साड़ी इच्छा है मुनासिब संसार च भी सानू असी इहदा फल खाने हैं। जो लोग अभ्यास करते हैं वह देखते हैं कि किस तरह साड़ी मुनासिब देखभाल हो रही है। तो जिहड़ी संगत है गुरु की कीती हुई इन्ने फल नहीं जाती। कबीर साहब ने कहा कबीरा संगत साध दी जो कीनी सो पक्की। गुरु परताप साध की संगत
मन बांचत फल पावे जात जोला नाम कबीरा बिमल बिमल गुण गावे। कबीर साहब एक जगह प्यार ना कहंदे है कि जात जुलाहा क्या करे हिरदे वस्या गोपाल। फिर वो कहे कबीरा मेरी जात को सब कोई हसने हार बलिहारी तै जात के जिन्हें जपया सृजन हार। वो कहना मैं की करा मेरे हिरदे विच वो परमात्मा प्रगट हो गया। सानू लोग सारे मखौल करते है मश्करियां करते है कि जलाहे किस तरह के भोले होंगे है किस तरह ये नीवी जाति विच है क्योंकि हिंदुस्तान दे विच जलाहे नू लोग कुछ नीवी जाति समझते है। पर वो कहिंदा मैं बलिहार जाना है जात तो जिदे विच आके मैनू भगती करन दा उत्साह पैदा होया क्योंकि परमात्मा दे दरबार विच जाके जात नहीं पुछदा कोई मुल्क नहीं पुछदा कोई। तो कबीर साहब ने जाति पाति दे मतलब बड़े प्यार नाल समझाया सीगा कि ब्राह्मण कौन है भाई जो ब्रह्म नूं चीनदा है जो ब्रह्म दे विच पहुंच जांदा है जो रजो गुण तमो गुण सतो गुण तो उपर जा वड़दा तिन्ना गुणा दी पंड उतार लैंदा है उस ब्राह्मण दा उपदेश जग जिउंदा है। उहनूं ब्राह्मण कह लो संत कह लो गुरु कह लो साध कह लो। और क्षत्री कौन है कि जेड़ा मन दे नाल एना पंज सूरबीरां नाल लड़दा है। वैश कौन है जेड़ा साध संगत दी सेवा करदा है आपा खो दिंदा है। शूद्र कौन है जिधर लाया सुधा मन सो इस वास्ते सानू बड़े प्यार नाल दस्या कबीर साहब ने कि सानू डोलना नहीं चाहिदा शब्द नाम दी दिल ला के कमाई करनी चाहिदी है संगत दे विच प्यार ना आना चाहिदा है डगमग डोलन दा सानू ख्याल छड़ देना चाहिदा है। अगर डोल भी गए हैं तो सानू उस तो भी ज्यादा मजबूत होके उदों भी उच्चे चढ़ना चाहिदा है। सच्चे पातशाह सावन दा वाक याद रखो कि उन्हूं भुलिया ना जाणो जिहड़ा शाम नूं आपदे घर विच आ जांदा है। सो सानू भी चाहिदा जो कुछ कबीर साहब ने सानू समझाया है शब्द नाम दी कमाई करके अपने जीवन नूं सुफल बनाइए भाई।